ਅੱਜ ਪਵਿੱਤਰ ਨਗਰੀ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਰ ਜਗ੍ਹਾ ਜਿਹੜੀ ਸਾਡੀ ਬਾਹਰ ਜਾ ਕੇ ਰਾਮ ਤੀਰਥ ਭਗਵਾਨ ਵਾਲਮੀਕ ਦੀ ਜਗ੍ਹਾ, ਅੱਜ ਇੱਥੇ ਪਰਿਵਾਰ ਸਮੇਤ ਆਏ ਹਾਂ। ਪਰਮਾਤਮਾ ਨੇ ਨਿਆਮਤ ਬਖਸ਼ੀ ਹੈ। ਨਿਆਮਤ ਦਾ ਮਤਲਬ ਹੁੰਦਾ ਭਗਵਾਨ ਦੀ, ਰੱਬ ਦੀ, ਖੁਦਾ ਦੀ ਸੌਗਾਤ। ਸੋ ਉਹਦਾ ਨਾਮ ਵੀ ਨਿਆਮਤ ਰੱਖਿਆ ਸੀ। ਸੋ ਅੱਜ ਮੱਥਾ ਟੇਕਣ ਲਈ ਆਏ ਹਾਂ ਇੱਥੇ ਪਵਿੱਤਰ ਸ਼ਹਿਰ 'ਚ। ਬਸ ਇਹੀ ਦੁਆ ਕੀਤੀ ਹੈ, ਦਰਬਾਰ ਸਾਹਿਬ ਵੀ ਜਾ ਕੇ ਆਏ, ਇੱਥੇ ਵੀ ਅੱਗੇ ਰਾਮ ਤੀਰਥ ਜਾ ਰਹੇ ਹਾਂ। ਇਹੀ ਦੁਆ ਕਿ ਪੰਜਾਬ 'ਚ ਸੁੱਖ ਸ਼ਾਂਤੀ ਬਣੀ ਰਹੇ, ਸਾਡੀ ਭਾਈਚਾਰਕ ਸਾਂਝ ਬਣੀ ਰਹੇ, ਇਹਨੂੰ ਕੋਈ ਨਜ਼ਰ ਨਾ ਲੱਗੇ। ਔਰ ਜਿਹੜਾ ਪੰਜਾਬ ਦੇ ਲੋਕਾਂ ਦਾ ਜਿਹੜਾ ਆਪਸ 'ਚ ਭਾਈਚਾਰਾ ਹੈ ਉਹ ਬਣਿਆ ਰਹੇ, ਅਤੇ ਤਰੱਕੀਆਂ ਅਤੇ ਤੰਦਰੁਸਤੀਆਂ ਹਰ ਘਰ ਦੇ ਵਿੱਚ ਆਉਣ, ਅਤੇ ਰੰਗਲੇ ਪੰਜਾਬ ਦਾ ਜਿਹੜਾ ਸੁਪਨਾ ਹੈ ਉਹਦੇ ਰੰਗ ਜਿਹੜੇ ਨੇ ਉਹ ਉੱਗੜਨੇ ਸ਼ੁਰੂ ਹੋ ਜਾਏ। ਮੈਂ ਇੱਥੇ ਰਾਜਨੀਤਿਕ ਗੱਲ ਨਹੀਂ ਕਰੂੰਗਾ, ਬਾਹਰ ਰੈਲੀ 'ਤੇ ਜਾ ਕੇ ਮੈਨੂੰ ਜੋ ਮਰਜ਼ੀ ਪੁੱਛ ਲਿਓ, ਇਹ ਭਗਵਾਨ ਦਾ ਘਰ ਹੈ, ਇੱਥੇ ਆਪਾਂ ਇੱਕ ਦੂਜੇ ਦੇ ਕੋਈ ਟੀਕਾ ਟਿੱਪਣੀ ਕਰਦੇ ਚੰਗੇ ਤਾਂ ਮੰਗਣ ਆਇਆ। ਅਰਦਾਸ ਇਹੀ ਹੈ ਜੀ, ਪੰਜਾਬ ਸੁਖੀ ਵਸੇ, ਸਾਡੀ ਸਾਰਿਆਂ ਦੀ ਭਾਈਚਾਰਕ ਸਾਂਝ, ਜਿਹਨੂੰ ਤੋੜਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਨਹੀਂ ਟੁੱਟੀ। ਇਹ ਮਾਣ ਵੀ ਮਹਿਸੂਸ ਕਰਦਾ ਮੈਂ 1.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ, ਮੁੱਖ ਮੰਤਰੀ ਹੋਣ ਦੇ ਨਾਤੇ, ਕਿ ਮੇਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਈਦਾਂ, ਗੁਰਪੁਰਬ, ਰਾਮਨੌਮੀਆਂ, ਉਹ ਦਿਵਾਲੀਆਂ, ਦੁਸਹਿਰੇ ਇਕੱਠੇ ਮਨਾਉਣੇ ਸਾਰੇ ਅਸੀਂ, ਅਤੇ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਉਹਦਾ ਅਸੀਂ ਨਕਸ਼ਾ ਉਲੀਕਿਆ ਹੋਇਆ। ਮੈਂ ਮੈਡਮ ਲਕਸ਼ਮੀ ਕਾਂਤਾ ਚਾਵਲਾ ਜੀ, ਜੋ ਕਿ ਬਹੁਤ ਇਸ ਨਗਰੀ ਦੀ ਬਹੁਤ ਪ੍ਰਮੁੱਖ ਸ਼ਖਸੀਅਤ ਨੇ, ਹਰ ਧਰਮ ਦੇ ਜਿੰਨੇ ਵੀ ਉਤਸਵ ਹੁੰਦੇ ਨੇ ਉਹਨਾਂ 'ਚ ਮੋਹਰੀ ਹੁੰਦੇ ਨੇ। ਸੋ ਇਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਾਰੇ ਆਓ, ਆਪਾਂ ਬੈਠ ਕੇ ਘਰ ਆਇਓ ਚੰਡੀਗੜ੍ਹ ਵੋਟਾਂ ਤੋਂ ਬਾਅਦ, ਬੈਠ ਕੇ ਆਪਾਂ ਇਹ ਨਕਸ਼ਾ ਉਲੀਕੀਏ। ਇਹ ਤਾਰਾਂ ਦੇ ਜਾਲ, ਇਹ ਸੀਵਰੇਜ ਦੀਆਂ ਪ੍ਰੋਬਲਮਾਂ, ਇੱਥੇ ਸਫਾਈ ਦਾ, ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘੱਟੋ ਘੱਟ ਅਸੀਂ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ। ਇੱਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਦੁਰਗਿਆਨਾ ਮੰਦਰ, ਦੁਰਗਿਆਨਾ ਮੰਦਰ ਤੋਂ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ, ਰੇਲਵੇ ਸਟੇਸ਼ਨ ਤੋਂ ਵਾਹਗਾ ਬਾਰਡਰ ਤੋਂ ਰਾਮ ਤੀਰਥ। ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ, ਅਤੇ ਉਹ ਜਿਹੜੇ ਆਟੋ ਰਿਕਸ਼ੇ ਵਾਲੇ ਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਉਹ ਹੀ ਕਰੋ, ਦੋ ਚਾਰ ਜਾਣੇ ਰਲ ਕੇ ਤੁਸੀਂ ਬੱਸਾਂ ਲਓ, ਸਰਕਾਰ ਤੁਹਾਨੂੰ ਬੱਸਾਂ ਦੇਊਗੀ, ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ ਅਸੀਂ। ਸੋ 30-30 ਸੀਟਰ ਬੱਸਾਂ ਬਹੁਤ ਵਧੀਆ ਤਰੀਕੇ ਨਾਲ, ਅਤੇ ਅੰਮ੍ਰਿਤਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੈਲੀਬ੍ਰੇਸ਼ਨ ਪੁਆਇੰਟ, ਇੱਕ ਉਲੀਕਿਆ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਕਰਨ ਵਾਸਤੇ ਜਗ੍ਹਾ ਬਣਾ ਦਾਂਗੇ। ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਉਹ ਕਰ ਲਏ, ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਕਿ ਮੈਂ ਵਿਆਹ ਕਰਨ ਸਾਰ ਮੈਂ ਮੱਥਾ ਟੇਕ ਕੇ ਆਵਾਂ ਪਵਿੱਤਰ ਨਗਰੀ 'ਚ, ਜਾਂ ਕਿਸੇ ਨੇ ਆਪਣੇ ਬੱਚੇ ਦੀ ਲੋਹੜੀ ਮਨਾਉਣੀ ਹੈ, ਕਿਸੇ ਨੇ ਨਵਾਂ ਸਾਲ ਮਨਾਉਣਾ, ਕਿਸੇ ਨੇ ਆਪਣਾ ਕੋਈ ਵੀ ਉਤਸਵ ਕਰਨਾ ਹੈ, ਸੈਲੀਬ੍ਰੇਸ਼ਨ ਕਰਨੀ, ਉਹਦੇ ਵਾਸਤੇ ਸੈਲੀਬ੍ਰੇਸ਼ਨ ਪੁਆਇੰਟ ਇੱਕ ਬਣਾਵਾਂਗੇ, ਉੱਥੇ ਉਲੀਕਿਆ ਜਾ ਰਿਹਾ।